ਸਾਬੇ ਕੀ ਤੁਸੀਂ ਬੁਰਸ਼ ਤੇ ਜੁੱਤੀ ਨਾਲ ਰੱਖੀ ਹੈ ਤੇ ਪੂਜਾ ਪਾਜੀ ਕਰਦੇ ਰਹਿੰਦੇ ਹੋ? ਦੱਸੋ ਕੀ ਮਸਲਾ? ਹਾਂ ਬੱਚਾ, ਟੈਨ ਕੀ ਪ੍ਰੋਬਲਮ ਹੈ? ਹਮ ਸਭ ਕਾ ਮਕਸਦ ਸਿਰਫ ਇੱਕ ਹੀ ਹੈ, ਚੀਪ ਚਪਾ ਡਮ 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 ਡਮ। ਬਾਬਾ ਜੀ, ਇਸ ਬੰਦੇ ਨੂੰ ਜਲਟਾ ਤੇ ਬਾਹਰ ਕੱਢੋ, ਮੈਂ ਕੰਮ ਮੈਂ ਤੁਹਾਡੇ ਨਾਲ ਕੱਲਿਆਂ ਇਹਦੇ ਸਾਹਮਣੇ ਨਹੀਂ ਦੱਸਣ ਵਾਲਾ। ਹੁਣ ਮੈਂ ਇਲਜ਼ਾਮ ਕਰਾਣਾ ਇਹਦਾ, ਦਿਲ ਸਾਰੀ ਗੱਲ ਇੱਥੇ ਖੋਲੇ। ਮੇਰੇ ਖਿਲਾਫ ਹੀ ਜੋ ਕੋ ਕਾਲਾ ਚਿੱਟਾ ਰੱਟਾ ਕਰਵਾਉਂ ਮੈਂ, ਮੈਨੂੰ ਪਤਾ ਕੋਈ ਬੁੱਲਾ ਨੇ ਮੈਨੂੰ, ਮੈਨੂੰ ਸਾਰੀ ਸਮਝ ਸਮਝ ਆ ਗਈ। ਜੋ ਮਰਜ਼ੀ ਕਰ ਲਵੋ, ਆਵਾਮ ਅੱਜ ਵੀ ਮੇਰੇ ਨਾਲ ਹੈ, ਕੱਲ ਵੀ ਮੇਰੇ ਨਾਲ ਹੈ, ਅਗਾਂ ਵੀ ਮੇਰੇ ਨਾਲ ਹੀ ਰਹਿਣਾ ਹੈ। ਕੀ ਸਮਝਨੇ? ਬਾਬੇ ਦੇ ਫੂਕੇ ਵਿੱਚ ਅਸਰ ਕੋਈ ਨਹੀਂ। ਬਾਬੇ ਜੀ ਲੈ ਚੀਪ ਚਪਾਟਮ ਡਮ ਡਮ ਵਾਲਾ ਪੜ੍ਹਨਾ ਹੈ ਨਾ ਮੰਤਰ, ਹਰ ਸ਼ੈ ਉਲਟੀ ਪੁਲਟੀ ਹੋ ਜਾਣੀ। ਆਈ ਸਮਝ ਬੱਚਾ? ਤੂੰ ਆਪਣੀ ਪ੍ਰੋਬਲਮ ਦੱਸ, ਪ੍ਰੋਬਲਮ ਦੱਸ। ਛੁਪ 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 ਛੁਪ। ਬਾਬਾ ਜੀ, ਮੈਂ ਬਸ ਇਹਦੇ ਸਾਹਮਣੇ ਨਹੀਂ ਨਾ ਦੱਸ ਸਕਦੀ, ਮੈਂ ਮਜਬੂਰ ਆ, ਇਹਨ ਬਾਹਰ ਕੱਢੋ, ਮੇਰੀ ਇਹ ਖਾਹਿਸ਼, ਇਹਨ ਬਾਹਰ ਕੱਢੋ। ਇਹਦੇ ਤੇ ਚੀਪ ਚਪਾਟਮ ਡਮ ਡਮ ਵਾਲਾ ਤੂੰ ਮੰਤਰ ਪੜ੍ਹਨਾ ਇਹਨਾਂ ਤੇ, ਆਈ ਸਮਝ? ਅਗਰ ਪੁੱਠੀ ਗੱਲ